ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਨਜੀਤ ਸਿੰਘ, ਪਿੰਡ ਮਚਾਕੀ ਮਾਲ ਸਿੰਘ, ਡਿਸਟ੍ਰਿਕਟ ਫਰੀਦਕੋਟ ਨੂੰ ਮੈਂ ਬਿਲੋਂਗ ਕਰਦਾ। ਮੇਰਾ ਵੇਟ 1 ਕੁਇੰਟਲ 60 ਕਿਲੋ ਸੀ। ਮੈਂ ਬਹੁਤ ਜ਼ਿਆਦਾ ਡਿਸਟਰਬ ਸੀ, ਬਹੁਤ ਜ਼ਿਆਦਾ ਦੁਖੀ ਸੀ, ਪਰ ਮੈਨੂੰ ਵੇਟ ਲੋਸ ਕਰਨ ਵਾਸਤੇ ਮੈਂ ਬਹੁਤ ਜ਼ਿਆਦਾ ਤੁਰ ਫਿਰ ਕੇ ਕੀ ਉਹਦਾ ਨਾਲ ਵੇਟ ਲੋਸ ਕੀਤਾ। ਮੇਰਾ ਵੇਟ ਲੋਸ ਨਹੀਂ ਹੋਇਆ, ਪਰ ਮੈਂ ਕਿਹਾ ਬਹੁਤ ਔਖਾ, ਮੇਰਾ ਸਰੀਰ ਕੰਮ ਨਹੀਂ ਕਰਦਾ। ਫਿਰ ਮੈਨੂੰ ਇੱਕ ਮੇਰੇ ਪਿੰਡ ਦਾ ਪੇਸ਼ੈਂਟ ਸੀ, ਉਹਨੇ ਕਿਤੋਂ ਹੋਰ ਡਾਕਟਰ ਤੋਂ ਪੇਸ਼ੈਂਟ ਆਪਰੇਸ਼ਨ ਕਰਾਇਆ ਸੀ, ਉਹਦਾ ਸਰੀਰ ਵੀ ਉਵੇਂ ਹੀ ਹੋ ਗਿਆ ਸੀ। ਮੈਂ ਡਰ ਗਿਆ ਸੀ, ਮੈਂ ਕਿਹਾ ਪੈਸੇ ਵੀ ਲੱਗਣਗੇ, ਸਰੀਰ ਵੀ ਨਹੀਂ ਸਹੀ ਹੋਣਾ। ਫਿਰ ਮੇਰੇ ਰਿਸ਼ਤੇਦਾਰੀ 'ਚੋਂ ਮੇਰੇ ਭਰਜਾਈ ਆਈ, ਉਹਨਾਂ ਨੇ ਅੱਜ ਤੋਂ 2 ਸਾਲ ਪਹਿਲਾਂ ਡਾਕਟਰ ਅਮਿਤ ਸੂਦ ਤੋਂ ਆਪਰੇਸ਼ਨ ਕਰਾਇਆ ਸੀ। ਮੈਨੂੰ ਉਹਨਾਂ ਨੇ ਦੱਸਿਆ, ਮੈਨੂੰ ਕਹਿੰਦੇ ਵੀ ਤੈਨੂੰ ਉਹਨਾਂ ਡਾਕਟਰ ਅਮਿਤ ਸੂਦ ਨੂੰ ਦਿਖਾਉਂਦੇ ਹਾਂ। ਮੈਂ ਕਿਹਾ ਵੀ ਉਹਨਾਂ ਦਾ ਵੇਟ 1 ਕੁਇੰਟਲ 20 ਕਿਲੋ ਸੀ, ਉਹ ਤੁਰ ਫਿਰ ਨਹੀਂ ਸਕਦੇ ਸੀਗੇ। ਜਦੋਂ ਮੈਂ ਉਹਨਾਂ ਨੂੰ ਤੁਰੇ ਆਉਂਦੇ ਵੇਖਿਆ, ਮੈਂ ਕਿਹਾ ਵੀ ਇਹ ਉਹੀ ਆ ਰਹੇ ਆ। ਮੈਂ ਕਿਹਾ ਤੁਹਾਡੇ ਭਾਰ ਨੂੰ ਕੀ ਹੋ ਗਿਆ, ਤੁਸੀਂ ਇੰਨਾ ਵੇਟ ਲੋਸ ਕਰ ਲਿਆ? ਉਹ ਕਹਿੰਦੇ ਜੀ ਅਸੀਂ ਡਾਕਟਰ ਮੋਗੇ ਅਮਿਤ ਸੂਦ ਉਹਨੂੰ ਮਿਲੇ, ਉਹਨਾਂ ਤੋਂ ਵੇਟ ਅਸੀਂ ਲੋਸ ਕਰਾਇਆ। ਅਸੀਂ ਉਹਨਾਂ ਦਾ 1 ਕੁਇੰਟਲ 20 ਕਿਲੋ ਵੇਟ ਸੀਗਾ, ਉਹਦੇ ਵਿੱਚੋਂ 2 ਸਾਲ ਬਾਅਦ ਉਹਨਾਂ ਦਾ 60 ਕਿਲੋ ਵੇਟ ਰਹਿ ਗਿਆ। ਹੁਣ ਕੰਮ ਕੁੰਮ ਵੀ ਬਹੁਤ ਵਧੀਆ ਕਰਦੇ ਆ। ਫਿਰ ਮੇਰਾ ਵੀ ਮਨ ਬਦਲਿਆ, ਮੈਂ ਕਿਹਾ ਮੈਂ ਵੀ ਭਰਜਾਈ ਨੂੰ ਲੈ ਕੇ ਇੱਥੇ ਜਾਊਂਗਾ, ਮੈਂ ਵੀ ਆਪਦਾ ਕਰਾਊਂਗਾ। ਫਿਰ ਮੈਂ ਆਪਦਾ ਉਹਨਾਂ ਨੂੰ ਲਿਆ ਨਾਲ ਮੋਗੇ, ਡਾਕਟਰ ਅਮਿਤ ਸੂਦ ਕੋਲ ਆਏ, ਅਸੀਂ ਉਹਨਾਂ ਨੂੰ ਮਿਲੇ, ਬਹੁਤ ਹੀ ਅੱਛੇ ਡਾਕਟਰ, ਜਿਵੇਂ ਆਪਦੀ ਪਰਿਵਾਰ ਵੱਲੋਂ ਸਾਨੂੰ ਉਹਨਾਂ ਨੇ ਮਿਲਿਆ। ਸਾਨੂੰ ਮੈਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੇਰਾ ਵੇਟ ਵੀ ਲੋਸ ਹੋਊਗਾ, ਫਿਰ ਤੁਹਾਨੂੰ ਵਧੀਆ ਕਰਕੇ ਤੋਰਾਂਗੇ। ਮੇਰਾ ਅੱਜ 2 ਦਿਨ ਹੋ ਗਏ ਸਰਜਰੀ ਹੋਈ ਨੂੰ, ਮੈਂ ਬਹੁਤ ਵਧੀਆ, ਅੱਛਾ, ਚੰਗਾ ਮਹਿਸੂਸ ਕਰਦਾ, ਵਧੀਆ ਹਾਂ। ਮੈਂ ਲਿਕਡ ਲਏ, ਮੈਨੂੰ ਵਧੀਆ ਓਕੇ ਹੋਇਆ, ਤੋਰਾ ਫੇਰਾ ਵੀ ਬਹੁਤ ਕੀਤਾ। ਫਿਰ ਨੰਬਰ 2 'ਤੇ ਇਹ ਹੋਸਪਿਟਲ ਕੋਵਿਡ ਫਰੀ ਹੈ, ਇਹਦੇ ਵਿੱਚ ਕੋਵਿਡ ਦਾ ਕੋਈ ਪੇਸ਼ੈਂਟ ਨਹੀਂ ਗਾ। ਜੇ ਇਹ ਮੇਰੇ ਸਾਹਮਣੇ 2 ਹੋਰ ਸਰਜਰੀ ਹੋਈਆਂ, ਉਹ ਵੀ ਬਹੁਤ ਅੱਛਾ ਮਹਿਸੂਸ ਕਰਦੇ ਆ ਮੇਰੇ ਵੱਲੋਂ, ਉਹ ਵੀ ਬਹੁਤ ਅੱਛੇ ਤੁਰ ਫਿਰਦੇ ਆ। ਜੇ ਤੁਸੀਂ ਮੇਰੇ ਨੂੰ ਡਰਦੇ ਹਾਂ ਤਾਂ ਤੁਸੀਂ ਇੱਕ ਵਾਰੀ ਆ ਕੇ ਡਾਕਟਰ ਅਮਿਤ ਸੂਦ ਜੀ ਨੂੰ ਮਿਲੋ, ਫਿਰ ਤੁਸੀਂ ਤੁਹਾਨੂੰ ਪਤਾ ਲੱਗੂਗਾ ਵੀ ਅਮਿਤ ਸੂਦ ਡਾਕਟਰ ਨੂੰ ਮਿਲ ਕੇ ਵੀ ਤੁਹਾਨੂੰ ਕਿੰਨਾ ਮਨ ਨੂੰ ਸ਼ਾਂਤੀ ਮਿਲਦੀ ਆ। ਜਦੋਂ ਸ਼ਾਂਤੀ ਮਿਲ ਗਈ, ਤੁਸੀਂ ਆ ਕੇ ਦੇਖੋਗੇ ਅਤੇ ਪੇਸ਼ੈਂਟਾਂ ਨੂੰ ਮਿਲੋਗੇ, ਤੁਹਾਨੂੰ ਆਟੋਮੈਟਿਕ ਹੀ ਤੁਹਾਡਾ ਆਪਦਾ ਮਨ ਕਰੂਗਾ। ਮੇਰਾ ਵੀ ਐਂ ਮਨ ਕੀਤਾ ਵੀ ਪੇਸ਼ੈਂਟਾਂ ਨੂੰ ਜਦੋਂ ਮਿਲਿਆ ਵੀ ਮੈਂ ਵੀ ਜਲਦੀ ਤੋਂ ਜਲਦੀ ਪੇਸ਼ੈਂਟ ਆਪਰੇਸ਼ਨ ਕਰਾਵਾਂ, ਅਤੇ ਮੈਂ ਆਪਦਾ ਜਲਦੀ ਤੋਂ ਜਲਦੀ ਆਪਰੇਸ਼ਨ ਕਰਾ ਕੇ ਅਤੇ 2 ਦਿਨ ਹੋਏ ਵਧੀਆ ਫਿੱਟ ਫਾਰ ਤੁਰਿਆ ਫਿਰਦਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਵਧੀਆ, ਅੱਛਾ, ਸਾਰਾ ਕੁਛ, ਕੋਈ ਇਹਦੇ ਵਿੱਚ ਡਰਨ ਦੀ ਲੋੜ ਨਹੀਂ। ਡਰੋ ਨਾ, ਤੁਸੀਂ ਆ ਕੇ ਡਾਕਟਰ ਅਮਿਤ ਸੂਦ ਜੀ ਨੂੰ ਮਿਲੋ ਅਤੇ ਆਪਦਾ ਚੈੱਕਅਪ ਕਰਾਓ ਅਤੇ ਵੇਟ ਲੋਸ ਕਰਾਓ ਅਤੇ ਅੱਛੀ ਜ਼ਿੰਦਗੀ ਜੀਓ। ਸਤਿ ਸ਼੍ਰੀ ਅਕਾਲ।